ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਕੋਰੋਨਾ ਵਾਇਰਸ ਲੋਕਡਾਊਨ ਕਰਫਿਊ ਦੌਰਾਨ ਪੈਦਾ ਹੋਏ ਹਾਲਾਤਾਂ 'ਚ ਹਰ ਵਰਗ ਦਾ ਵਿਅਕਤੀ ਬੇਰੋਜ਼ਗਾਰ ਹੋ ਕੇ ਆਰਥਿਕ ਸੰਕਟ ਦੇ ਦੌਰ 'ਚ ਗੁਜ਼ਰ ਰਿਹਾ ਹੈ। ਪੰਜਾਬ ਦਾ ਪਹਿਲਾ ਕੌਂਸਲ ਬ੍ਰਿਟਿਸ਼ ਸਿੱਖ ਸਕੂਲ ਇੱਕ ਮਾਤਰ ਅਜਿਹਾ ਨਿੱਜੀ ਸਕੂਲ ਹੈ ਜੋ ਮੁਸ਼ਕਲ ਦੇ ਇਸ ਦੌਰ 'ਚ ਇਨਸਾਨੀਅਤ ਦੇ ਨਾਤੇ ਸਮੇਂ-ਸਮੇਂ 'ਤੇ ਸਮਾਜ 'ਚ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਫਰੰਟ 'ਤੇ ਅੱਗੇ ਰਿਹਾ ਹੈ। ਬ੍ਰਿਟਿਸ਼ ਸਿੱਖ ਸਕੂਲ ਨੇ ਜ਼ਿਲ੍ਹਾ ਕਪੂਰਥਲਾ 'ਚ ਭਿੰਨ-ਭਿੰਨ ਮੰਦਰ ਪੁਜਾਰੀਆਂ ਅਤੇ ਸਿੱਖ ਗੁਰਦੁਆਰਿਆਂ 'ਚ ਸੇਵਾ ਨਿਭਾਉਣ ਵਾਲੇ ਹੁਣ ਤੱਕ 100 ਤੋਂ ਜ਼ਿਆਦਾ ਗ੍ਰੰਥੀਆਂ ਪੁਜਾਰੀਆਂ ਨੂੰ ਮੁੱਖ ਪ੍ਰਬੰਧਕ ਭਾਈ ਤਰਸੇਮ ਸਿੰਘ ਢਿੱਲੋਂ ਯੂਕੇ ਦੇ ਸਹਿਯੋਗ ਨਾਲ ਪ੍ਰਿੰਸੀਪਲ ਹਰਦੀਪ ਕੌਰ ਅਤੇ ਸਕੂਲ ਅਧਿਆਪਕਾਂ ਦੁਆਰਾ ਸੁੱਕੇ ਰਾਸ਼ਨ ਸਮੱਗਰੀ ਦੇ ਨਾਲ ਨਾਲ ਆਰਥਿਕ ਮਦਦ ਦੇ ਤੌਰ 'ਤੇ 2500 ਰੁਪਏ ਵੀ ਦਿੱਤੇ ਗਏ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲੋਕਡਾਊਨ ਦੇ ਕਰਕੇ ਜੋ ਵੀ ਸਾਡੀ ਅੱਜ ਦੀ ਦੁਨੀਆ ਸਭ ਨੂੰ ਆਰਥਿਕ ਮੰਦਹਾਲੀ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਵੀ ਸਾਡਾ ਗਰੀਬ ਵਰਗ ਹੈ, ਮਿਡਲ ਫੈਮਲੀਜ਼ ਨੇ ਅਤੇ ਜੋ ਵੀ ਪੂਅਰ ਫੈਮਲੀਜ਼ ਨੇ, ਹਰ ਇੱਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ, ਕਿਉਂਕਿ ਕਰੋਨਾ ਵਾਇਰਸ ਇੱਕ ਬਹੁਤ ਵੱਡੀ ਪ੍ਰੋਬਲਮ ਲੈ ਕੇ ਉਹਨਾਂ ਦੇ ਸਾਹਮਣੇ ਖੜ੍ਹਾ ਹੋ ਗਿਆ ਹੈ। ਸੋ ਇਸ ਸਮੇਂ ਜੋ ਸਾਡੇ ਆਮ ਅਤੇ ਗਰੀਬ ਲੋਕ ਨੇ ਜੋ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਨੇ, ਉਹਨਾਂ ਦੇ ਵਾਸਤੇ ਬ੍ਰਿਟਿਸ਼ ਸਿੱਖ ਕੌਂਸਲ ਨੇ ਇੱਕ ਉਪਰਾਲਾ ਕੀਤਾ ਹੈ ਤਾਂ ਕਿ ਅਸੀਂ ਉਹਨਾਂ ਦੀ ਮਾਲੀ ਸਹਾਇਤਾ ਕਰ ਸਕੀਏ ਅਤੇ ਉਹਨਾਂ ਨੂੰ ਰਾਸ਼ਨ ਵੰਡ ਸਕੀਏ। ਬ੍ਰਿਟਿਸ਼ ਸਿੱਖ ਕੌਂਸਲ ਦੇ ਮੇਨ ਮੁਖੀ ਸਰਦਾਰ ਤਰਸੇਮ ਸਿੰਘ ਦਿਓਲ, ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਹੀ ਜਾਣਦੇ ਹੋ, ਉਹਨਾਂ ਨੇ ਫਿਰ ਤੋਂ ਇੱਕ ਉਪਰਾਲਾ ਕੀਤਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਉਪਰਾਲੇ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅਸੀਂ ਆਸ ਪਾਸ ਦੇ 40 ਗ੍ਰੰਥੀ ਸਿੰਘਾਂ ਨੂੰ ਬੁਲਾਇਆ ਹੈ ਅਤੇ ਇਸ ਤੋਂ ਬਿਨਾਂ ਸਾਡੇ ਕੁਛ ਕੋਲ ਬਹੁਤ ਸਾਰੇ ਮੰਦਰਾਂ ਦੇ ਪੁਜਾਰੀ ਵੀ ਪਹੁੰਚੇ ਹਨ ਜੋ ਕਿ ਧਾਰਮਿਕ ਅਸਥਾਨਾਂ ਦੀ ਸੇਵਾ ਕਰ ਰਹੇ ਹਨ। ਸੋ ਸਾਡਾ ਇਸ ਸੇਵਾ ਦਾ ਮੇਨ ਮਕਸਦ ਇਹੀ ਹੈ ਕਿ ਜੋ ਸਾਡੇ ਗੁਰੂ ਘਰ ਦੇ ਵਜ਼ੀਰ ਨੇ, ਜੋ ਸਾਡੇ ਗ੍ਰੰਥੀ ਸਿੰਘ ਨੇ, ਉਹ ਵੱਧ ਚੜ੍ਹ ਕੇ ਗੁਰੂ ਘਰਾਂ ਦੀ ਸੇਵਾ ਕਰਨ, ਜੋ ਸਾਡੀ ਨੌਜਵਾਨ ਪੀੜ੍ਹੀ ਹੈ ਉਹਨੂੰ ਨਸ਼ਿਆਂ ਤੋਂ ਦੂਰ ਕਰਕੇ ਗੁਰਸਿੱਖੀ ਨਾਲ, ਬਾਣੀ ਨਾਲ ਅਤੇ ਬਾਣੀ ਦੇ ਨਾਲ ਜੋੜਨ, ਤਾਂ ਕਿ ਜੋ ਸਾਡੇ ਬੱਚੇ ਨੇ, ਸਾਡੇ ਦੇਸ਼ ਦਾ ਭਵਿੱਖ ਨੇ, ਸਾਡੇ ਪੰਜਾਬ ਦਾ ਆਉਣ ਵਾਲਾ ਭਵਿੱਖ ਵਧੀਆ ਬਣ ਸਕੇ, ਤਾਂ ਕਿ ਸਾਨੂੰ ਵੀ ਸਾਡੇ ਪੰਜਾਬ ਅਤੇ ਪੰਜਾਬੀਅਤ 'ਤੇ ਮਾਣ ਹੋ ਸਕੇ। ਬ੍ਰਿਟਿਸ਼ ਸਿੱਖ ਕੌਂਸਲ ਜੋ ਕਿ ਪਿਛਲੇ 18 ਸਾਲਾਂ ਤੋਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਹੈਦਰਾਬਾਦ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ ਹੁਣ ਸੇਵਾ ਸ਼ੁਰੂ ਕੀਤੀ ਹੈ, ਪਿਛਲੇ 18 ਸਾਲਾਂ ਤੋਂ ਸੇਵਾ ਕਰਦੀ ਆ ਰਹੀ ਹੈ ਅਤੇ ਪੰਜਾਬ ਦੇ ਵਿੱਚ ਹੁਣ ਅਸੀਂ ਇੱਕ ਨਿਊ ਪ੍ਰੋਜੈਕਟ ਲੈ ਕੇ ਹਾਜ਼ਰ ਹੋਏ ਹਾਂ। ਇੱਥੇ ਅਸੀਂ ਬ੍ਰਿਟਿਸ਼ ਸਿੱਖ ਸਕੂਲ ਓਪਨ ਕੀਤਾ ਹੈ। ਇਸ ਸਕੂਲ ਦਾ ਮਕਸਦ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤੁਸੀਂ ਪਹਿਲਾਂ ਵੀ ਸਾਡੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖ ਚੁੱਕੇ ਹੋ, ਇਸ ਸਕੂਲ ਦਾ ਮੇਨ ਮਕਸਦ ਜਿੱਥੇ ਅਸੀਂ ਬੱਚਿਆਂ ਨੂੰ ਮਾਡਰਨ ਐਜੂਕੇਸ਼ਨ ਤਾਂ ਦੇਣਾ ਹੀ ਦੇਣਾ ਹੈ, ਬਾਕੀ ਸਕੂਲਾਂ ਦੇ ਨਾਲੋਂ ਜਾਂ ਅਸੀਂ ਜੋ ਸਾਡਾ ਪਹਿਲਾਂ ਐਜੂਕੇਸ਼ਨ ਦਾ ਸਿਸਟਮ ਚੱਲ ਰਿਹਾ ਹੈ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਦੇ ਨਾਲੋਂ ਕੁਛ ਹਟ ਕੇ ਕੁਛ ਡਿਫਰੈਂਟ ਕਰ ਸਕੀਏ। ਇਸ ਸਕੂਲ ਦੇ ਵਿੱਚ ਸਿਰਫ ਪੜ੍ਹਾਈ ਹੀ ਨਹੀਂ, ਮਾਡਰਨ ਐਜੂਕੇਸ਼ਨ ਤਾਂ ਅਸੀਂ ਦੇ ਹੀ ਰਹੇ ਹਾਂ, ਨਾਲ ਦੀ ਨਾਲ ਅਸੀਂ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ, ਗੁਰਮਤਿ ਵਿੱਦਿਆ ਦੇ ਨਾਲ ਵੀ ਜੋੜ ਰਹੇ ਹਾਂ। ਸੇਵਾ ਕਰਦੇ ਹਨ, ਜੋ ਕਿ ਦਾਸ ਨੂੰ ਕੱਲ੍ਹ ਚਿੱਠੀ ਮਿਲੀ ਸੀ, ਬੜੀ ਖੁਸ਼ੀ ਹੋਈ ਆ ਕਿ ਜੋ ਲੋਕਡਾਊਨ ਦੇ ਵਿੱਚ ਸਾਡੇ ਗ੍ਰੰਥੀਆਂ ਸਿੰਘਾਂ ਦੇ ਸੇਵਾ ਜੇ ਉਹ ਤਰਸੇਮ ਸਿੰਘ ਦਿਓਲ ਜੋ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ, ਇਹਨਾਂ ਨੇ ਬਹੁਤ ਹੀ ਸੇਵਾ ਕੀਤੀ, ਬਹੁਤ ਇਹਨਾਂ ਦਾ ਧੰਨਵਾਦ। ਔਰ ਮੈਂ ਦੋ ਚਾਰ ਕਵਿਤਾ ਦੇ ਰੂਪ ਵਿੱਚ ਦੋ ਚਾਰ ਗੱਲਾਂ ਲਿਖੀਆਂ ਨੇ ਸਕੂਲ ਬਾਰੇ, ਮੈਂ ਆਪ ਜੀ ਦੇ ਸਾਹਮਣੇ ਪੇਸ਼ ਕਰਦਾ। ਅਰਬਾਂ ਖਰਬਾਂ ਵਾਲੇ ਇੱਥੇ ਬਹੁਤ ਦੇਖੇ, ਅਰਬਾਂ ਖਰਬਾਂ ਵਾਲੇ ਇੱਥੇ ਬਹੁਤ ਦੇਖੇ, ਦੌਲਤ ਵੰਡਦਾ ਹੈ ਬਿਰਲਾ ਕੋਈ ਇੱਥੇ, ਦਾਨ ਕਰਦਿਆਂ ਨਹੀਂ ਕੋਈ ਤੋਟ ਆਉਂਦੀ, ਪੁੰਨ ਦਾਨ ਦੀ ਮਾਇਆ ਰੱਬ ਨੇ ਲਾਈ ਲਿਖੇ। ਦਾਨ ਕਰਦਿਆਂ ਨਹੀਂ ਕੋਈ ਤੋਟ ਆਉਂਦੀ, ਪੁੰਨ ਦਾਨ ਦੀ ਮਾਇਆ ਰੱਬ ਨੇ ਲਾਈ ਲਿਖੇ। ਹੁਕਮਨਾਮਿਆਂ ਦੇ ਵਿੱਚ ਗੁਰੂ ਜੀ ਨੇ ਲਿਖ ਦਿੱਤਾ, ਕਿਰਤ ਧਰਮ ਦੀ ਕਰੋ ਹਰ ਇੱਕ ਭਾਈ, ਦਸਵੰਧ ਕੱਢੋ ਆਪਣੀ ਨੇਕ ਕਮਾਈ ਵਿੱਚੋਂ, ਗੁਰਸਿੱਖਾਂ ਦੇ ਨਾਲ ਕਰੋ ਪਿਆਰ ਭਾਈ। ਤਰਸੇਮ ਸਿੰਘ ਦਿਓਲ ਪਰਿਵਾਰ ਉੱਤੇ ਬੇਨਤੀ ਹੈ ਸਤਿਗੁਰ ਅੱਗੇ, ਤਰਸੇਮ ਸਿੰਘ ਦਿਓਲ ਪਰਿਵਾਰ ਉੱਤੇ ਦਾਤਾ ਮਿਹਰ ਦੀ ਨਜ਼ਰ ਤੂੰ ਕਰ ਦੇਵੀਂ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਇਹ ਵੰਡਣ ਦਾਤਾ, ਉਹ ਖਜ਼ਾਨੇ ਸਦਾ ਲਈ ਭਰ ਦੇਵੀਂ। ਇਸ ਵਿਦਿਆਲਿਆ ਵਿੱਚ ਜੋ ਪੜ੍ਹਨ ਆਉਣ ਬੱਚੇ, ਦਾਤਾ ਪੜ੍ਹਾਈ ਵਿੱਚੋਂ ਉਹਨਾਂ ਨੂੰ ਰੱਖਿਓ ਨਾ ਕੱਚੇ। ਇਸ ਵਿਦਿਆਲਿਆ ਵਿੱਚ ਜੋ ਪੜ੍ਹਨ ਆਉਣ ਬੱਚੇ, ਦਾਤਾ ਪੜ੍ਹਾਈ ਵਿੱਚ ਉਹਨਾਂ ਨੂੰ ਰੱਖਿਓ ਨਾ ਕੱਚੇ। ਅਧਿਆਪਕ ਆਉਣ ਉਹਨਾਂ ਨੂੰ ਸਮੱਤ ਬਖਸ਼ੋ, ਖੁਸ਼ ਰਹਿਣ ਸਦਾ ਉਹ ਬਹਿਣ ਕੱਟੇ। ਪਰਮ ਸਨਮਾਨਯੋਗ ਸਮੂਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੇਵਾਦਾਰ ਗ੍ਰੰਥੀ ਸਾਹਿਬਾਨ, ਜਿਨ੍ਹਾਂ ਨੂੰ ਅੱਜ ਬ੍ਰਿਟਿਸ਼ ਕੌਂਸਲ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ,
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਸੇਵਾ ਦਾ ਪ੍ਰਚਾਰ ਕਰਦੇ ਹੋਏ ਇਹਨਾਂ ਗੁਰੂ ਕੇ ਸਿੱਖਾਂ ਵਾਸਤੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਬ੍ਰਿਟਿਸ਼ ਕੌਂਸਲ ਸਕੂਲ ਵੱਲੋਂ, ਜਿਨ੍ਹਾਂ ਨੇ ਇਹਨਾਂ ਨੂੰ ਇਮਦਾਦ ਰਾਸ਼ਨ ਦੇ ਕਰਕੇ ਸਨਮਾਨਿਆ, ਕਿਉਂਕਿ ਕੋਵਿਡ ਦੇ ਚੱਲਦੇ ਹੋਏ ਨਾ ਤਾਂ ਕਿਤੇ ਕੋਈ ਪ੍ਰੋਗਰਾਮ ਹੈ ਨਾ ਗੁਰੂ ਘਰ ਕੋਈ ਬਹੁਤੀ ਸੰਗਤ ਆਉਂਦੀ ਹੈ। ਇਸ ਵਾਸਤੇ ਮੈਂ ਸਮੂਹ ਗ੍ਰੰਥੀ ਸਾਹਿਬਾਨਾਂ ਵੱਲੋਂ ਇਸ ਕੌਂਸਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਤਿਗੁਰੂ ਕਿਰਪਾ ਕਰਨ ਇਸ ਕੌਂਸਲ ਨੂੰ ਸਦਾ ਚੜ੍ਹਦੀ ਕਲਾ, ਹਰ ਮੈਦਾਨ, ਹਰ ਦੀਵਾਨ ਫਤਿਹ ਬਖਸ਼ਿਸ਼ ਕਰਨ, ਕਿਉਂਕਿ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਦਾ ਇਹਨਾਂ ਨੇ ਆਦਰ ਸਨਮਾਨ ਬਾਣੀ ਦੁਆਰਾ ਕੀਤਾ। ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।